ਹਸਤ ਖੇਲ ਤ ਤੇਰੇ ਦੇਹਰੇ ਆਇਆ ਅਗਲਾ ਪ੍ਰਸੰਗ ਸਾਧ ਪਵਾੜਾ ਸਿੰਘ ਇੱਕ ਕਲਪਨਿਕ ਨਾਮ ਹੈ ਦੇ ਮਰਨੇ ਤੇ ਬਹੁਤ ਸਾਰੇ ਸਰਦਾਲੂਆਂ ਸਬੇਤ ਸਾਧਾਂ ਦਾ ਜਮ ਘਟਾ ਜੁੜਿਆ ਸੀ ਲੋਕਾਂ ਵਿੱਚ ਇਉਂ ਪ੍ਰਭਾਵ ਦਿੱਤਾ ਜਾ ਰਿਹਾ ਸੀ ਜਿਵੇਂ ਕੁਦਰਤ ਇਸੇ ਸਾਧ ਦੀ ਕਿਰਪਾ ਨਾਲ ਹੋਣ ਦੇ ਵਿੱਚ ਆਈ ਹੋਵੇ ਧਰਤੀ ਹੇਠਲਾ ਬਲਦ ਕਲਪਨਿਕ ਪੀ ਇਹ ਸਾਧ ਹੀ ਬਣਿਆ ਹੋਵੇ ਹੁਣ ਸੰਗਤਾਂ ਦਾ ਪਾਰ ਨਿਸਤਾਰਾ ਕੌਣ ਕਰਾਏਗਾ ਸਾਧ ਦੇ ਮਰਨ ਤੇ 101 ਅਖੰਡ ਪਾਠਾਂ ਦੇ ਭੋਗ ਪਾਏ ਗਏ ਸਰਤਾਂਜਲੀਆਂ ਦੇਣ ਵਾਲਿਆਂ ਨੂੰ ਵਾਰੀ ਵੀ ਨਾ ਮਿਲੇ ਧੱਕਾ ਪਿੱਲਾ ਕਰਕੇ ਮਸੀਂ 2-2 ਮਿੰਟ ਲੈਣ ਸਾਰੇ ਜਿਹੜਾ ਮਾਈਕ ਨੂੰ ਫੜ ਲਵੇ ਫਿਰ ਛੱਡਣਾ ਭੁੱਲ ਹੀ ਜਾਵੇ ਜਿਹੜੇ ਕੰਮ ਸਾਧ ਨੇ ساری ਉਮਰ ਛੋਹੇ ਤੱਕ ਨਹੀਂ ਸਨ ਉਹ ਕੰਮ ਵੀ ਪਵਾੜਾ ਸਿੰਘ ਦੇ ਨਾਮ ਦੇ ਨਾਲ ਹੀ ਨੱਥੀ ਕਰ ਦਿੱਤੇ ਗਏ ਜਿਨ੍ਹਾਂ ਕੰਮਾਂ ਦਾ ਉਸ ਨੇ ਨਾਮ ਤੱਕ ਨਹੀਂ ਲਿਆ ਸੀ ਉਹ ਵੀ ਉਸੇ ਦੀ ਪਟਾਰੀ ਵਿੱਚ ਪਾ ਦਿੱਤੇ ਤਖਤਾਂ ਦੇ ਜਥੇਦਾਰ ਭਲਾ ਕਿਉਂ ਪਿੱਛੇ ਰਹਿਣ ਉਹ ਵੀ ਫੋਟੋਆਂ ਖਿੱਚਵਾਉਣ ਅਖਬਾਰਾਂ ਵਿੱਚ ਪਾਉਣ ਲਈ ਸਾਧ ਲੂ ਸਰਤਾंजलि ਦੇਣ ਪਹੁੰਚ ਗਏ ਪਿੰਡਾਂ ਵਿੱਚੋਂ ਸਾਧ ਦੇ ਚੇਲੇ ਚੇਲੀਆਂ ਟਰਾਲੀਆਂ ਭਰ ਕੇ ਆਉਂਦੇ ਹੋਏ ਨਾਲ ਦੁੱਧ ਦੇ ਡਰਮ ਆਟਾ ਦਾਲਾਂ ਸਬਜ਼ੀਆਂ ਆਦ ਸਾਮਾਨ ਲਿਆਉਣ ਵਿੱਚ ਇੱਕ ਦੂਜੇ ਤੋਂ ਅੱਗੇ ਲੰਘਣਾ ਚਾਹੁੰਦੇ ਸਨ ਕੀਰਤਨੇ ਜਥਿਆਂ ਨੂੰ ਸਮਾਂ ਨਾ ਹੋਣ ਕਰਕੇ ਸਾਰਿਆਂ ਨੂੰ ਇਕੱਠੇ ਹੀ ਸਟੇਜ ਤੇ ਬਿਠਾ ਦਿੱਤਾ ਗਿਆ ਸਾਰੇ ਜਥੇ ਰਲ ਕੇ ਇੱਕ ਸ਼ਬਦ ਦਾ 15 ਮਿੰਟ ਵਾਸਤੇ ਕੀਰਤਨ ਕਰ ਲੈਣ ਸਾਧ ਚਤਰ ਸਿੰਘ ਕਾਲਪਨਿਕ ਨਾਮ ਬੈਠਾ ਚੁੱਪਚਾਪ ਸਾਰਾ ਤਮਾਸ਼ਾ ਵੇਖਦਾ ਰਿਹਾ ਉਸਨੇ ਬੋਲਣ ਵਾਸਤੇ ਸਮਾਂ ਵੀ ਨਹੀਂ ਮੰਗਿਆ ਉਸ ਸਾਰਿਆਂ ਵੱਲੋਂ ਬੋਲਿਆ ਜਾ ਰਿਹਾ ਜਾਂ ਕੀਤਾ ਕੰਮ ਵੇਖਣਾ ਪਰਖਣਾ ਚਾਹੁੰਦਾ ਸੀ ਬਹੁਤੇ ਕਾਲੇ ਤਾਂ ਆਪੋ ਆਪਣੀ ਹਾਜ਼ਰੀ ਲਗਵਾ ਕੇ ਚਲੇ ਗਏ ਸਨ ਫਿਰ ਪੀ ਸਾਧ ਦੇ ਪੱਕੇ ਸਰਤਾਲੂ ਤੇ ਨਿਗਟ ਵਰਤੀ ਸਾਧ ਅਜੇ ਪੀ ਪੰਡਾਲ ਵਿੱਚ ਡਟੇ ਬੈਠੇ ਸਨ ਚਤਰ ਸਿੰਘ ਇੱਕ ਨਾਮੀ ਸਾਧ ਸੀ ਉਸਦੇ ਡੇਰੇ ਦਾ ਪਹਿਲਾ ਮਹੰਤ ਮਰਦਾ ਹੋਇਆ ਡੇਰੇ ਦਾ ਵਾਰਿਸ ਚਤਰ ਸਿੰਘ ਨੂੰ ਥਾਪ ਗਿਆ ਸੀ ਚਤਰ ਸਿੰਘ ਚੰਗਾ ਵਿਦਵਾਨ ਪੁਰਖ ਸੀ ਸਿੱਖ ਸਿਧਾਂਤਾਂ ਨੂੰ ਚੰਗੀ ਤਰ੍ਹਾਂ ਸਮਝਦਾ ਸੀ ਅੱਗੋਂ ਉਸਦਾ ਸਾਧ ਪੁਣੇ ਵਾਲੀ ਜ਼ਿੰਦਗੀ ਛਾਉਣ ਨੂੰ ਮਨ ਤਿਆਰ ਨਹੀਂ ਹੋ ਰਿਹਾ ਸੀ ਉਹ ਸਮਝਦਾ ਸੀ के ਸਾਥ ਬਣਨ ਵਾਸਤੇ ਝੂਠ ਦਾ ਸਹਾਰਾ ਲੈਣਾ ਪਵੇਗਾ ਲੋਕਾਂ ਨੂੰ ਲੁੱਟ ਕੇ ਖਾਣ ਦੇ ਤਰੀਕੇ ਅਪਣਾਉਣੇ ਪੈਣਗੇ ਅੰਨੇ ਸਰਧਾਲੂਆਂ ਦੀਆਂ ਨੂਹਾਂ ਧੀਆਂ ਨੂੰ ਪੁੱਤਰਾਂ ਦੀ ਦਾਤ ਦੇਣੀ ਪਵੇਗੀ ਝੂਠੀਆਂ ਅਰਦਾਸਾਂ ਕਰਨੀਆਂ ਪੈਣਗੀਆਂ ਨਾਮ ਸਿਮਰਨ ਦਾ ਢੋਂਗ ਰਚਾਉਣਾ ਪਵੇਗਾ ਆਪਣੇ ਕੀਮਤੀ ਚੋਲਿਆਂ ਲਈ ਲੋਕਾਂ ਦੇ ਵਸਤਰ ਉਤਾਰਨੇ ਪੈਣਗੇ ਆਪਣੇ ਸਵਾਦਲੇ 36 ਪ੍ਰਕਾਰ ਦੇ ਖਾਣਿਆਂ ਲਈ ਲੋਕਾਂ ਦੀ ਰੋਟੀ ਖੋਣੀ ਪਵੇਗੀ ਆਪਣੀ ਦੇਹੀ ਪਾਲਣ ਲਈ ਕੇਰੇ ਤੇ ਲਾਲੀਆਂ ਚਮਕਾਉਣ ਲਈ ਗੋਗੜ ਵਧਾਉਣ ਲਈ ਬੇਕਿਰਕ ਹੋ ਕੇ ਲੋਕਾਂ ਦਾ ਖੂਨ ਪੀਣਾ ਪਵੇਗਾ ਉਸ ਦੀ ਆਤਮਾ ਜਾਗ ਪਈ ਸੀ ਉਹ ਸਿਰਫ ਇੱਕ ਸਿੱਖ ਬਣ ਕੇ ਜਿਉਣਾ ਚਾਹੁੰਦਾ ਸੀ ਜਿਹੋ ਜਿਹੇ ਪਰਉਪਕਾਰੀ ਬਹਾਦਰ ਸਿੱਖਾਂ ਨੂੰ ਹਰ ਰੋਜ਼ ਅਰਦਾਸ ਵਿੱਚ ਯਾਦ ਕੀਤਾ ਜਾਂਦਾ ਹੈ ਉਹ ਵੀ ਚਾਹੁੰਦਾ ਸੀ ਕਿ ਮੈਂ ਵੀ ਉਹਨਾਂ ਵਰਗੇ ਬਣ ਜਾਵਾਂ ਅਖੀਰ ਜਿਹੇ ਕਾਤਰ ਸਿੰਘ ਨੂੰ ਬੋਲਣ ਦਾ ਸਮਾਂ ਦਿੱਤਾ ਗਿਆ ਉਸਨੇ ਬੜੇ ਠਰਮੇ ਨਾਲ ਆਪਣੇ ਵਿਚਾਰ ਪ੍ਰਗਟ ਕਰਨੇ ਸ਼ੁਰੂ ਕੀਤੇ ਬੋਲਿਆ ਸਾਧ ਸੰਗਤ ਜੋ ਬਾਬਾ ਜੀ ਚੜ੍ਹਾਈ ਕਰ ਗਏ ਹਨ ਮੈਂ ਇਹਨਾਂ ਨੂੰ ਨੇੜਿਓਂ ਤੱਕਿਆ ਹੋਇਆ ਹੈ ਜੋ ਕੁਝ ਬੁਲਾਰਿਆਂ ਨੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਬੋਲਿਆ ਹੈ ਪੂਰਾ ਸੱਚ ਨਹੀਂ ਬੋਲਿਆ ਹਰ ਰੋਜ਼ ਗੁਰਬਾਣੀ ਵਿੱਚੋਂ ਪੜ੍ਹਦੇ ਹਾਂ ਕਿ ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ ਫਿਰ ਅਸੀਂ ਤੁਸੀਂ ਜਾਂ ਕੋਈ ਸਾਧ ਸੰਤ ਅਭੁੱਲ ਕਿਵੇਂ ਹੋ ਸਕਦਾ ਹੈ ਲੋਕਾਂ ਨੂੰ ਅਸੀਂ ਮਾਇਆ ਤਿਆਗ ਦਾ ਸਬਕ ਪੜਾਉਂਦੇ ਹਾਂ ਤੇ ਖੁਦ ਮਾਇਆ ਦੇ ਕੋਠੇ ਭਰੀ ਜਾ ਰਹੇ ਹਾਂ ਲੋਕਾਂ ਨੂੰ ਸਾਦਾ ਜੀਵਨ ਬਤੀਤ ਕਰਨ ਦੀਆਂ ਨਸੀਤਾਂ ਦਿੰਦੇ ਹਾਂ ਅਸੀਂ ਖੁਦ ਐਸ਼ ਪ੍ਰਸਤੀ ਵਾਲਾ ਸੁੱਖਾਂ ਸਹੂਲਤਾਂ ਵਾਲਾ ਜੀਵਨ ਬਤੀਤ ਕਰਦੇ ਹਾਂ ਸੇਵਾ ਨੂੰ ਬਹੁਤ ਉੱਤਮ ਦੱਸਦੇ ਹਾਂ ਪਰ ਖੁਦ ਕਦੀ ਹੱਥੀ ਸੇਵਾ ਨਹੀਂ ਕਰਦੇ ਥਲ-ਥਲ ਕਰਦੀਆਂ ਗੋਗੜਾਂ ਇਸ ਦਾ ਪ੍ਰਤੱਖ ਸਬੂਤ ਹਨ ਲੋਕਾਂ ਨੂੰ ਸਿਮਰਨ ਕਰਨ ਲਈ ਕਹਿੰਦੇ ਹਾਂ ਉਹ ਸਿਮਰਨ ਕਰਦੇ ਹਨ ਅਸੀਂ ਵਟੇ ਵਿੱਚ ਉਹਨਾਂ ਤੋਂ ਮਾਇਆ ਵਟੋਰਦੇ ਹਾਂ ਫਿਰ ਸਾਡੇ ਨਾਲੋਂ ਤਾਂ ਆਮ ਸਿੱਖ ਬਹੁਤ ਚੰਗੇ ਹਨ ਜਿੰਨਾ ਇਕੱਠ ਅੱਜ ਇੱਥੇ ਹੋਇਆ ਹੈ ਸੱਚ ਜਾਣਿਓ ਕਦੀ ਗੁਰੂ ਨਾਨਕ ਸਾਹਿਬ ਦੇ ਜੋਤੀ ਜੋਤ ਸਮਾਉਣ ਤੇ ਇੰਨਾ ਵੱਡਾ ਇਕੱਠ ਹੋਇਆ ਹੈ ਕਦੀ ਇੰਨੀ ਭੀੜ ਵੇਖੀ ਹੈ ਜਵਾਬ ਮਿਲੇਗਾ ਨਹੀਂ ਬਾਕੀ ਗੁਰੂ ਸਾਹਿਬਾਨ ਭਗਤ ਸਾਹਿਬਾਨ ਪੰਜ ਪਿਆਰੇ ਹੋਰ ਬੇਅੰਤ ਬਹਾਦਰਾਂ ਨੂੰ ਕਦੀ ਇਹੋ ਜਿਹੀਆਂ ਸਰਤਾਜਲੀਆਂ ਦਿੱਤੀਆਂ ਕਿਸੇ ਨੇ ਕਦੀ ਵੀ ਨਹੀਂ ਕਿ ਸਾਰਿਆਂ ਨਾਲੋਂ ਆ ਬਾਬਾ ਜੀ ਵੱਡੇ ਸਨ ਮਹਾਨ ਸਨ ਸਿੱਖ ਕੌਮ ਦੇ ਹੱਕਾਂ ਵਾਸਤੇ ਸਿੱਖਾਂ ਦੀ ਗੁਲਾਮੀ ਕੱਟਣ ਵਾਸਤੇ ਕਦੀ ਬਾਬਾ ਜੀ ਨੇ ਆਵਾਜ਼ ਬੁਲੰਦ ਕੀਤੀ ਹੋਵੇ ਕੋਈ ਦੱਸ ਸਕਦਾ ਹੈ ਕੀ ਹੋ ਗਿਆ ਬਹਾਦਰਾਂ ਦੀ ਇਸ ਕੌਮ ਨੂੰ ਆ ਜੋ ਡੇਰੇ ਬਣੇ ਹੋਏ ਹਨ ਕਾਸ਼ ਇਹਨਾਂ ਦੀ ਥਾਂ 'ਵਿ ਕਾਲਜ ਬਣੇ ਹੁੰਦੇ ਯੂਨੀਵਰਸਿਟੀਆਂ ਬਣੀਆਂ ਹੁੰਦੀਆਂ ਜਿੱਥੇ ਪੜ੍ਹ ਕੇ ਸਾਡੇ ਨੌਜਵਾਨਾਂ ਦਾ ਭਵਿੱਖ ਉਜਲਾ ਹੁੰਦਾ ਕੀ ਪੜ੍ਹਾਈ ਹੁੰਦੀ ਹੈ ਇਹਨਾਂ ਡੇਰਿਆਂ ਵਿੱਚ ਝਾੜੂ ਲਾਉਣ ਦੀ ਲੰਗਰ ਬਣਾਉਣ ਦੀ ਪਾਠਾਂ ਦੀਆਂ ਰੋਲਾਂ ਲਾਉਣ ਦੀ ਚਿਮਟੇ ਢੋਲਕੀਆਂ ਕੁੱਟਣ ਦੀ ਜਾਂ ਵੱਡੇ ਸੰਤਾਂ ਦੀਆਂ ਲੱਤਾਂ ਘੁੱਟਣ ਦੀ ਮਾਲਿਸ਼ਾਂ ਕਰਨ ਦੀ ਇਹਨਾਂ ਨੌਜਵਾਨਾਂ ਦਾ ਭਵਿੱਖ ਤਬਾਹ ਨਾ ਕਰੋ ਪਹਿਲਾਂ ਪੰਡਾਲ ਵਿੱਚ ਘੁਸਰਮੁਸਰ ਹੋਈ ਫਿਰ ਵਿਰੋਧ ਹੋਇਆ ਫਿਰ ਮਾਈਕ ਬੰਦ ਕਰ ਦਿੱਤਾ ਗਿਆ ਭਾਈ ਚਤਰ ਸਿੰਘ ਆਪਣਾ ਭਾਸ਼ਣ ਕਰਕੇ ਗੱਡੀ 'ਚ ਬੈਠ ਕੇ ਉਹ ਗਿਆ ਤੇ ਉਹ ਗਿਆ ਜੇ ਕਿਤੇ ਉੱਥੇ ਰੁਕਿਆ ਰਹਿੰਦਾ ਤੇ ਸ਼ਾਇਦ ਉੱਥੇ ਲੱਤਾਂ ਬਾਹਾਂ ਤੋੜ ਦਿੱਤੀਆਂ ਜਾਂਦੀਆਂ ਜਿਹੜਾ ਕਿ ਅਕਸਰ ਸੱਚ ਬੋਲਣ ਵਾਲਿਆਂ ਨਾਲ ਸਦਾ ਹੀ ਹੁੰਦਾ ਆਇਆ ਹੈ ਆਖੋ ਸਤਨਾਮ